ਸਵਾਗਤ। ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਅਤੇ ਗੀਤ ਦੇ ਵਿੱਚ। ਮੈਂ ਆਮੇਗਾ। ਜੇ ਸੰਗੀਤ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸੰਗੀਤ ਰੂਹ ਦੀ ਖੁਰਾਕ ਹੈ, ਅਤੇ ਖਾਸ ਤੌਰ 'ਤੇ ਜੇ ਮੈਂ ਗਜ਼ਲ ਦੀ ਗੱਲ ਕਰਾਂ, ਗਜ਼ਲ ਜਜ਼ਬਾਤਾਂ ਨੂੰ ਸ਼ਬਦਾਂ ਦੇ ਵਿੱਚ ਉਤਾਰਦੀ ਹੈ। ਫਿਰ ਭਾਵੇਂ ਉਹ ਜਜ਼ਬਾਤ ਦਿਲ ਦੇ ਹੋਣ, ਦੇਸ਼ ਪ੍ਰੇਮ ਦੇ ਹੋਣ ਜਾਂ ਇਨਕਲਾਬ ਦੇ। ਖਾਸ ਤੌਰ 'ਤੇ ਮੈਂ ਅੱਜ ਗਜ਼ਲ ਦੀ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਅੱਜ ਇਸੀ ਵਿਸ਼ੇ 'ਤੇ ਚਰਚਾ ਕਰਾਂਗੇ ਕਿ ਅੱਜ ਦੇ ਦੌਰ ਦੇ ਵਿੱਚ ਗਜ਼ਲ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਕਿੰਨੀ ਹੈ। ਇਸ ਬਾਰੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਗੁਰਮੀਤ ਮੀਤ ਜੀ ਦਾ। ਗੁਰਮੀਤ ਮੀਤ ਜੀ ਸ਼ਾਇਰ ਨੇ, ਪੰਜਾਬੀ ਦੇ ਪ੍ਰੋਫੈਸਰ ਨੇ, 12 ਕਿਤਾਬਾਂ ਇਹਨਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਅਤੇ ਗਜ਼ਲ ਬਾਰੇ ਅੱਜ ਬਹੁਤ ਕੁਛ ਇਹਨਾਂ ਤੋਂ ਜਾਣਾਂਗੇ। ਬਹੁਤ ਬਹੁਤ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਕਿਉਂਕਿ ਅੱਜ ਖਾਸ ਤੌਰ 'ਤੇ ਗਜ਼ਲ ਦੀ ਗੱਲ ਹੀ ਕਰਾਂਗੇ, ਅਤੇ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਤੁਹਾਡੇ ਤੋਂ ਜਾਣਦੇ ਹਾਂ ਕਿ ਗਜ਼ਲ ਅਸਲ ਦੇ ਵਿੱਚ ਹੈ ਕੀ। ਗਜ਼ਲ ਕਵਿਤਾ ਦੇ ਹੋਰ ਰੂਪਾਂ ਦੇ ਵਾਂਗ ਇੱਕ ਰੂਪ ਹੈ, ਜਿਵੇਂ ਰਵਾਈ ਹੈ, ਕਵਿਤਾ ਆਪਣੇ ਆਪ ਦੇ ਵਿੱਚ ਗੀਤ ਨੇ। ਪਰ ਗਜ਼ਲ ਕਿਉਂਕਿ ਸਾਡਾ ਮੌਲਿਕ ਪੰਜਾਬੀ ਸਿੰਫਨੀ ਹੈ, ਇਹ ਸਾਡੇ ਕੋਲੋਂ ਅਰਬੀ ਫਾਰਸੀ ਤੋਂ ਹੁੰਦੀ ਹੋਈ ਪੰਜਾਬੀ ਵਿੱਚ ਆਈ ਹੈ, ਤਾਂ ਸੁਭਾਵਕ ਹੈ ਕਿ ਜਿਹੜੇ ਇਹਦੇ ਅਸੂਲ ਨੇ, ਸਿਧਾਂਤ ਨੇ, ਇਹਦੀ ਬਣਤਰ ਹੈ, ਉਹ ਉਸੇ ਤਰ੍ਹਾਂ ਤੁਰੀ ਆਈ ਹੈ ਜੋ ਅਰਬੀ ਫਾਰਸੀ ਦੇ ਵਿੱਚ ਸੀ ਜੀ, ਜਿਸ ਦਾ ਇੱਕ ਸਥਾਪਿਤ ਢਾਂਚਾ ਹੈ, ਮਤਲਾ ਮਕਤਾ, ਮਤਲਾ ਸਾਨੀ, ਹੁਸਨ ਮਤਲਾ, ਕਾਫੀਆ, ਰਦੀਫ, ਅਤੇ ਸਭ ਤੋਂ ਮਹੱਤਵਪੂਰਨ ਉਹ ਬਹਿਰਾ ਨੇ ਜਿਨ੍ਹਾਂ ਦੇ ਵਿੱਚ ਗਜ਼ਲ ਕਹੀ ਜਾਂਦੀ ਹੈ। ਉਹ 38 ਬਹਿਰਾ ਨੇ, ਕਈ 39 ਵੀ ਦੱਸਦੇ ਨੇ, ਪਰ 38 ਬਹਿਰਾ ਨੇ। ਜੇ ਉਹਨਾਂ ਬਹਿਰਾਂ ਦੇ ਵਿੱਚ ਗਜ਼ਲ ਕਹੀ ਗਈ ਹੈ ਤਾਂ ਉਹ ਗਜ਼ਲ ਹੈ ਜੀ ਜੀ, ਅਤੇ ਜੇ ਉਹ ਬਹਿਰ ਤੋਂ ਬਾਹਰ ਹੈ ਤਾਂ ਉਹ ਗਜ਼ਲ ਨਹੀਂ ਗਿਣੀ ਜਾਏਗੀ। ਔਰ ਸ਼ਬਦ ਨੂੰ ਕਿਸ ਅੰਦਾਜ਼ ਨਾਲ ਇਹਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਕਿ ਸ਼ਬਦ ਦਾ ਉਚਾਰਨ ਬਹਿਰ ਦੇ ਅਨੁਕੂਲ ਹੈ ਤਾਂ ਉਹ ਗਜ਼ਲ ਗੋਈ ਦਾ ਹਿੱਸਾ ਬਣਦਾ ਹੈ, ਪਰ ਜੇ ਉਹ ਬਹਿਰ ਤੋਂ ਬਾਹਰਾ ਹੈ ਜਾਂ ਸ਼ਬਦ ਜੋੜ ਉਹਦਾ ਗਲਤ ਸਥਾਪਿਤ ਹੋ ਰਿਹਾ ਹੈ। ਈਵਨ ਤੁਸੀਂ ਜੇ ਗਜ਼ਲ ਸ਼ਬਦ ਹੀ ਲਓ ਅਤੇ ਜੇ ਅਸੀਂ ਉਸਨੂੰ ਗਜ਼ਲ ਕਹਿੰਦੇ ਹਾਂ ਤਾਂ ਇਹ ਤਾਂ ਮਤਲਬ ਸੂਦ ਦੀ ਰੱਸੀ ਵੱਟਣਾ, ਅਤੇ ਜੇ ਇਸਨੂੰ ਅਸੀਂ ਗਜ਼ਲ ਕਹਿੰਦੇ ਹਾਂ ਤਾਂ ਇਹਦਾ ਮਤਲਬ ਉਹ ਗਜ਼ਲ ਜਿਸ ਦਾ ਫਾਰਸੀ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਕਿ ਮਹਿਬੂਬ ਨਾਲ ਕਲਪਨਾ ਵਿੱਚ ਮੁਹੱਬਤ ਪਰਿਵਾਰ ਦਾ ਲਾਭ ਜੀ ਜੀ। ਤਾਂ ਸ਼ੁਰੂਆਤੀ ਦੌਰ ਦੇ ਵਿੱਚ ਸੂਫੀ ਲੋਕਾਂ ਨੇ ਇਸ ਨੂੰ ਮਾਰਫਤ ਦੀ ਗੱਲ ਵਾਸਤੇ ਪ੍ਰਯੋਗ ਕੀਤਾ, ਉਸ ਪਰਮ ਸਤਾ ਦੇ ਨਾਲ, ਪਰਮਾਤਮ ਦੇ ਨਾਲ, ਅੱਲਾ ਨਾਲ, ਖੁਦਾ ਨਾਲ ਆਪਣੀ ਭਾਵਕ ਗੱਲ ਕਰਨ ਦਾ, ਆਪਣੇ ਪ੍ਰੇਮ ਦੇ ਪ੍ਰਗਟਾਵੇ ਦਾ ਇੱਕ ਸਾਧਨ ਮੰਨਿਆ। ਪਰ ਜਿਵੇਂ 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 ਵਿਕਾਸ ਹੁੰਦਾ ਚਲਾ ਗਿਆ, ਆ ਤਬਦੀਲੀ ਆਈ, ਅਤੇ ਅੱਜ ਇਹ ਗਜ਼ਲ ਜਿਹੜੀ ਹੈ ਉਹ ਇਨਕਲਾਬੀ ਵੀ ਹੋ ਗਈ ਹੈ ਜੀ। ਉਹਦੇ ਸ਼ੇਰਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵਰਜਿਤ ਸਮਝੇ ਜਾਂਦੇ ਸੀਗੇ ਵਿਸ਼ੇ, ਉਹ ਵੀ ਲਏ ਜਾਣ ਲੱਗ ਪਏ ਜੀ। ਅਤੇ ਗਜ਼ਲ ਦੀ ਗੱਲ ਹੋ ਰਹੀ ਹੈ ਅਤੇ
ਕਿਉਂ ਨਾ ਇੱਕ ਗਜ਼ਲ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਪੜ੍ਹ ਕੇ ਸੁਣਾਓ, ਉਸ ਤੋਂ ਬਾਅਦ ਆਪਣੀ ਗੱਲਬਾਤ ਨੂੰ ਹੋਰ ਅੱਗੇ ਜਾਰੀ ਰੱਖਦੇ ਹਾਂ। ਜੀ ਜ਼ਰੂਰ ਜ਼ਰੂਰ। ਗਜ਼ਲ ਦਾ ਮਤਲਬ ਹੈ ਕਿ ਸੋਚ ਉੱਤੇ ਜੀ ਭਰਮ ਦਾ ਪਰਦਾ ਰਹੇਗਾ ਦੇਰ ਤੱਕ, ਸੋਚ ਉੱਤੇ ਭਰਮ ਦਾ ਪਰਦਾ ਰਹੇਗਾ ਦੇਰ ਤੱਕ, ਲਟਕਦਾ ਅੱਖਾਂ 'ਚ ਇੱਕ ਸੁਪਨਾ ਰਹੇਗਾ ਦੇਰ ਤੱਕ। ਕੀ ਬਾਤ ਹੈ। ਔਰ ਸ਼ੇਰ ਦੇਖਣਾ, ਤੋੜਗੀ ਦਮ ਜੋ ਮੁਕੰਮਲ ਹੋਣ ਤੋਂ ਪਹਿਲਾਂ ਗਜ਼ਲ, ਤੋੜਗੀ ਦਮ ਜੋ ਮੁਕੰਮਲ ਹੋਣ ਤੋਂ ਪਹਿਲਾਂ ਗਜ਼ਲ, ਕਲਪਨਾ ਵਿੱਚ ਉਸ ਦਾ ਨਕਸ਼ਾ ਰਹੇਗਾ ਦੇਰ ਤੱਕ। ਕੀ ਬਾਤ ਹੈ, ਬਹੁਤ ਖੂਬ। ਔਰ ਸ਼ੇਰ ਦੇਖੋ ਕਿ ਖੋਲ੍ਹ ਕੇ ਜੀ ਮੇਰੇ ਖਤਾਂ ਨੂੰ ਸੁਲਗ ਦੇ ਅੱਖਰ ਨਾ ਦੇਖ, ਖੋਲ੍ਹ ਕੇ ਮੇਰੇ ਖਤਾਂ ਨੂੰ ਸੁਲਗ ਦੇ ਅੱਖਰ ਨਾ ਦੇਖ, ਅੱਛਾ ਤੇਰਿਆਂ ਨੈਣਾਂ 'ਚ ਇੱਕ ਦਰਿਆ ਰਹੇਗਾ ਦੇਰ ਤੱਕ। ਬਹੁਤ ਖੂਬ। ਧੂੜ ਧੁੱਪਾਂ ਛਾਂ ਹਨੇਰਾ ਬਦਲਦੇ ਮੌਸਮ 'ਤੇ ਖਾਬ, ਧੂੜ ਧੁੱਪਾਂ ਛਾਂ ਹਨੇਰਾ ਬਦਲਦੇ ਮੌਸਮ 'ਤੇ ਖਾਬ, ਸਿਲਸਿਲਾ ਬਣਦਾ ਅਤੇ ਮਿਟਦਾ ਰਹੇਗਾ ਦੇਰ ਤੱਕ। ਬਹੁਤ ਖੂਬ। ਅਰੇ ਸ਼ੇਰ ਕਿ ਦੌੜ ਕੇ ਰੰਗਾਂ ਮਗਰ ਜੋ ਕਾਲਖਾਂ ਵਿੱਚ ਘਿਰ ਗਿਆ, ਦੌੜ ਕੇ ਰੰਗਾਂ ਮਗਰ ਜੋ ਕਾਲਖਾਂ ਵਿੱਚ ਘਿਰ ਗਿਆ, ਸਹਿਮਿਆ ਉਸ ਸ਼ਖਸ ਦਾ ਚਿਹਰਾ ਰਹੇਗਾ ਦੇਰ ਤੱਕ। ਬਹੁਤ। ਔਰ ਮਗਤਾ ਹੈ ਕਿ ਅਚਨਚੇਤੀ ਮਿਲ ਗਿਆ ਸੀ ਬਲਦੀਆਂ ਧੁੱਪਾਂ 'ਚ ਜੋ, ਅਚਨਚੇਤੀ ਮਿਲ ਗਿਆ ਸੀ ਬਲਦੀਆਂ ਧੁੱਪਾਂ 'ਚ ਜੋ, ਮੀਤ ਨੂੰ ਉਸ ਰੁੱਖ ਦਾ ਚੇਤਾ ਰਹੇਗਾ ਦੇਰ ਤੱਕ। ਵਾਹ ਵਾਹ, ਬਹੁਤ ਖੂਬ ਬਹੁਤ ਖੂਬ, ਬਹੁਤ ਹੀ ਪਿਆਰੀ ਸ਼ੁਕਰੀਆ ਗਜ਼ਲ ਜਿਹੜੀ ਹੈ ਤੁਸੀਂ ਪੜ੍ਹੀ, ਅਤੇ ਗੱਲਬਾਤ ਨੂੰ ਹੋਰ ਅੱਗੇ ਤੋੜਦੇ ਹਾਂ ਕਿ ਤੁਸੀਂ ਕਦੋਂ ਤੋਂ ਗਜ਼ਲ ਜਿਹੜੀ ਹੈ ਉਹ ਲਿਖਣੀ ਸ਼ੁਰੂ ਕੀਤੀ ਹੈ, ਇੰਝ ਕਹਿ ਲਓ ਕਿ ਗਜ਼ਲ ਨਾਲ ਵਾਹ ਕਦੋਂ ਪਿਆ ਤੁਹਾਡਾ? ਮਤਲਬ ਜਿਉਂ ਹੀ ਉਸ ਸਮਾਲੀ ਜੀ ਅਖਬਾਰਾਂ ਰਸਾਲਿਆਂ ਦੇ ਵਿੱਚ ਗਜ਼ਲ ਪੜ੍ਹੀਦੀ ਸੀ, ਉੱਥੋਂ ਕੁਛ ਆਪ ਲਿਖਣ ਦੀ ਕੋਸ਼ਿਸ਼ ਕੀਤੀ। ਔਰ ਇੱਕ ਬਹਿਸ ਚੱਲੀ ਉਹਦੇ ਵਿੱਚ ਉਸ ਵੇਲੇ ਦੇ ਨਾਮਵਰ ਸ਼ਾਇਰ ਔਰ ਸੰਪਾਦਕ ਅਜੀਤ ਦੇ, ਡਾਕਟਰ ਸਾਧੂ ਸਿੰਘ ਹਮਦਰਦ ਔਰ ਮੇਰੇ ਉਸਤਾਦ ਜਨਾਬ ਦੀਪਕ ਜਤੋਹੀਵਾਲ, ਆਪਸ ਵਿੱਚ ਉਹਨਾਂ ਦੀ ਇੱਕ ਗਜ਼ਲ ਦੀ ਬਹਿਸ ਛਿੜੀ ਹੋਈ ਸੀ। ਕਿ ਉਸ ਬਹਿਸ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਗਜ਼ਲ ਇੰਨੀ ਆਸਾਨ ਨਹੀਂ ਹੈ ਕਿ ਜਿਸ ਤਰ੍ਹਾਂ ਆਪਾਂ ਨਜ਼ਮ ਲਿਖ ਲੈਂਦੇ ਹਾਂ ਜਾਂ ਕਵਿਤਾ ਲਿਖ ਲੈਂਦੇ ਹਾਂ, ਔਰ ਇਹਦੇ ਵਾਸਤੇ ਇੱਕ ਬਾਕਾਇਦਾ ਇੱਕ ਸਿੱਖਿਆ ਲੈਣੀ ਪਏਗੀ। ਅੱਛਾ। ਔਰ ਫਿਰ ਉਸ ਵਾਸਤੇ ਅਸੀਂ, ਮੈਂ ਆਪਣੇ ਉਸਤਾਦ ਜਨਾਬ ਦੀਪਕ ਜਤੋਹੀ ਸਾਹਿਬ ਹੋਣਾ ਨੂੰ ਖਤ ਲਿਖਿਆ ਕਿ ਮੈਂ ਆਪ ਜੀ ਦਾ ਸ਼ਾਗਿਰਦ ਹੋਣਾ ਚਾਹੁੰਦਾ, ਅਤੇ ਉਹਨਾਂ ਨੇ ਮੈਨੂੰ ਹਾਂ ਕਰ ਦਿੱਤੀ ਅਤੇ ਕਿਹਾ ਕਿ ਠੀਕ ਹੈ, ਇਹਦੀ ਇੱਕ ਛੋਟੀ ਜਿਹੀ ਰਸਮ ਹੈ ਕਿ ਤੁਸੀਂ ਉਸਤਾਦ ਨੂੰ ਪੱਗ ਬਣਾਈ ਜਾਂਦੀ ਹੈ, ਉਹ ਬਣਾਓ। ਇਸੇ ਤਰ੍ਹਾਂ ਫਿਰ ਚਿੱਠੀ ਪੱਤਰ ਦੇ ਜ਼ਰੀਏ ਇੱਕ ਦਿਨ ਨਿਸ਼ਚਿਤ ਕਰ ਲਿਆ ਗਿਆ, ਤਾਂ ਮੈਂ ਦਸਤਾਰ ਲੈ ਕੇ ਉਹਨਾਂ ਦੇ ਘਰ ਚਲਾ ਗਿਆ, ਤਾਂ ਉਹਨਾਂ ਦੇ ਸਿਰ 'ਤੇ ਦਸਤਾਰ ਸਜਾਈ, ਅਤੇ ਫਿਰ ਉਹਨਾਂ ਨੇ ਮੈਨੂੰ ਨਮਕ ਖਵਾਇਆ ਆਪਣੇ ਘਰ ਦਾ। ਅੱਛਾ। ਤਾਂ ਕਿ ਸ਼ਾਗਿਰਦ ਖਾ ਕੇ ਹਰਾਮ ਨਾ ਕਰੇ।
ਔਰ ਫਿਰ ਉਹਨਾਂ ਨੇ ਉਹਨਾਂ ਦਾ ਕੱਚਾ ਵਿਹੜਾ ਸੀ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਹੀ ਪਈ ਸੀ ਵੀ ਇਹਦੇ ਨਾਲ ਇੱਥੇ ਟੋਆ ਪੁੱਟੋ ਔਰ ਮੈਂ ਵੀ ਸੋਚਿਆ ਕਿ ਕੋਈ ਰਸਮ ਹੋਣੀ ਹੈ ਟੋਆ ਪੁੱਟਣ ਵਾਲੀ ਅਤੇ ਮੈਂ ਉਹ ਟੋਆ ਪੁੱਟਿਆ ਅਤੇ ਉਹ ਕਹਿੰਦੇ ਕਿ ਜਿੰਨਾ ਵੀ ਤੂੰ ਹੁਣ ਲਿਖਿਆ ਅੱਜ ਤੱਕ ਜੋ ਸ਼ਾਇਰੀ ਕੀਤੀ ਹੈ ਅਤੇ ਉਹਨੂੰ ਇਹਦੇ ਵਿੱਚ ਪਾ ਦੇ। ਅੱਛਾ। ਅਤੇ ਮੈਂ ਉਹ ਡਾਇਰੀ ਜਿਹੜੀ ਸੀ ਉਹ ਕਾਪੀ ਜਿਹੜੀ ਸੀ ਉਹ ਵਿੱਚ ਪਾਤੀ ਅਤੇ ਕਹਿੰਦੇ ਇਹਦੇ 'ਤੇ ਮਿੱਟੀ ਪਾ ਦਿੱਤੀ, ਮੈਂ ਮਿੱਟੀ ਪਾ ਦਿੱਤੀ ਅਤੇ ਫਿਰ ਉਹਨਾਂ ਨੇ ਪਹਿਲਾ ਸਬਕ ਜੋ ਗਜ਼ਲ ਦਾ ਜਿਸਨੂੰ ਬਹਿਰੇ ਹਜ਼ਜ਼ ਕਹਿੰਦੇ ਨੇ ਉਹ ਮੈਨੂੰ ਦਿੱਤਾ। ਮੈਨੂੰ ਯਾਦ ਹੈ ਕਿ ਉਹਨਾਂ ਨੇ ਫਿਰ ਮੈਨੂੰ ਉਹਦੀ ਤਕਤੀ ਕਰਕੇ ਟੁਕੜੇ ਕਰਕੇ ਸ਼ੇਰ ਨੂੰ ਸਮਝਾਉਣਾ ਹੁੰਦਾ ਹੈ। ਉਹ ਬਹਿਰ ਦਾ ਵਜ਼ਨ ਹੈ ਮੁਫਾਈ ਲੁਨ ਮੁਫਾਈ ਲੁਨ ਮੁਫਾਈ ਲੁਨ ਮੁਫਾਈ ਲੁਨ। ਅੱਛਾ। ਇੱਕ ਮਿਸਰੇ ਵਿੱਚ ਚਾਰ ਵਾਰ ਮੁਫਾਈ ਲੁਨ ਆਉਂਦਾ ਹੈ ਤਾਂ ਮੁਫਾ ਦੇ ਬਰਾਬਰ ਅਸੀਂ ਤਿੰਨ ਅੱਖਰ ਗਿਣਨੇ ਹੈ ਜਿਵੇਂ ਖੁਦਾ ਜੁਦਾ ਹਵਾ ਅਸੀਂ ਤੁਸੀਂ। ਇਹਦੀਆਂ ਬਰੀਕੀਆਂ ਇਹ ਆਉਂਦੀਆਂ ਕਿ ਜੇ ਔਂਕੜ ਨੂੰ ਨਹੀਂ ਗਿਣਨਾ, ਅੱਧਕ ਹੈ ਉਹਨੂੰ ਦੋ ਵਾਰੀ ਗਿਣਨਾ ਜਿਸ ਦੇ ਉੱਤੇ ਅੱਧਕ ਹੈ, ਇਸ ਤਰ੍ਹਾਂ ਦੀਆਂ ਹੋਰ ਬਰੀਕੀਆਂ ਨੇ। ਤਾਂ ਫਿਰ ਉਹਨਾਂ ਨੇ ਥੋੜ੍ਹਾ ਜਿਹਾ ਸੰਗੀਤਾਤਮਿਕ ਢੰਗ ਨਾਲ ਵੀ ਸਮਝਾਉਣਾ ਸ਼ੁਰੂ ਕੀਤਾ ਕਿ ਮੁਫਾਈ ਲੁਨ ਮੁਫਾਈ ਲੁਨ ਮੁਫਾਈ ਲੁਨ ਮੁਫਾਈ ਲੁਨ ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ। ਅਸੀਂ ਸਾਨੂੰ ਉਹ ਬਾਰ ਬਾਰ ਰਿਪੀਟ ਕਰਨ ਵਾਸਤੇ ਕਿਹਾ ਗਿਆ ਔਰ ਫਿਰ ਬਹਿਰ ਅੰਦਰ ਉਤਰਦੀ ਹੈ ਤਾਂ ਜਦੋਂ ਅਸੀਂ ਗੱਲਬਾਤ ਵੀ ਇਸ ਤਰ੍ਹਾਂ ਪ੍ਰਯੋਗ ਕਰਨ ਲੱਗ ਗਏ ਮੁਫਾਈ ਲੁਨ ਉਰੇ ਆਖਾਂ ਮੁਫਾਈ ਲੁਨ ਪਰੇ ਜਾਖਾਂ, ਇਸ ਤਰ੍ਹਾਂ ਇਹ ਰਿਆਜ਼ ਕਰਦੇ 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 ਇੱਕ ਬਹਿਰ ਜਿਹੜੀ ਆ ਉਹ ਸਾਡੇ ਅੰਦਰ ਉਤਰ ਜਾਂਦੀ ਔਰ ਫਿਰ ਅਸੀਂ ਉਸ ਬਹਿਰ ਦੇ ਵਿੱਚ ਆਪਣੀਆਂ ਗਜ਼ਲਾਂ ਕਹਿੰਦੇ ਔਰ ਫਿਰ ਅਸੀਂ ਉਸਤਾਦ ਸ਼ਰੀਫ ਨੂੰ ਭੇਜਦੇ ਤਾਂ ਉਸਤਾਦ ਉਹਨਾਂ ਨੂੰ ਦੇਖਦੇ ਜਿੱਥੇ ਕੋਈ ਗਲਤੀ ਹੈ ਕੋਈ ਸ਼ਬਦ ਗਲਤ ਬੰਨਿਆ ਉਹਨੂੰ ਠੀਕ ਕਰਦੇ ਔਰ ਠੀਕ ਕਰਕੇ ਸਾਨੂੰ ਦੱਸਦੇ ਕਿ ਇਹਨੂੰ ਕਿਉਂ ਕੱਟਿਆ ਗਿਆ ਕਿਉਂ ਬਣਾਇਆ ਗਿਆ। ਇਸ ਤਰ੍ਹਾਂ ਫਿਰ ਇਹ ਲੰਮਾ 7-8 ਸਾਲ ਇਹ ਸਿਲਸਿਲਾ ਚੱਲਦਾ ਹੈ ਔਰ ਜਿੰਨਾ ਚਿਰ ਸਾਨੂੰ ਉਹ ਫਾਰਗੇ ਸਲਾਹ ਨਹੀਂ ਕਰ ਦਿੰਦੇ ਨਹੀਂ ਹੁਣ ਤੁਹਾਨੂੰ ਸਲਾਹ ਦੀ ਲੋੜ ਨਹੀਂ, ਉਹਨਾਂ ਚਿਰ ਅਸੀਂ ਉਹਨਾਂ ਤੋਂ ਸਲਾਹ ਲੈਂਦੇ ਰਹੇ ਜੀ। ਅਤੇ ਜਿਸ ਤਰ੍ਹਾਂ ਤੁਸੀਂ ਆਪਣੇ ਉਸਤਾਦ ਹੋਰਾਂ ਬਾਰੇ ਦੱਸਿਆ ਅਤੇ ਇਸ ਤਰ੍ਹਾਂ ਉਸਤਾਦ ਅਤੇ ਸ਼ਾਗਿਰਦ ਇਹ ਜਿਹੜੀ ਪਰੰਪਰਾ ਹੈ ਇਸ ਬਾਰੇ ਹੋਰ ਵਿਸਤਾਰ ਦੇ ਨਾਲ ਤੁਹਾਡੇ ਤੋਂ ਜਾਣਦੇ ਹਾਂ ਖਾਸ ਤੌਰ 'ਤੇ ਗਜ਼ਲ ਦੇ ਸੰਦਰਭ ਦੇ ਵਿੱਚ। ਜੀ 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 ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਬਹੁਤ ਪੁਰਾਣੀ ਹੈ ਜਿਹਦੇ ਸਾਡੇ ਮਕਬੂਲ ਉਰਦੂ ਤਰੀਨ ਜਿਹੜੇ ਸ਼ਾਇਰ ਸਨ ਜਿਵੇਂ ਮਿਰਜ਼ਾ ਗਾਲਿਬ ਸਾਹਿਬ ਨੇ ਤੋ ਮਿਰਜ਼ਾ ਗਾਲਿਬ ਸਾਹਿਬ ਦੇ ਦਾ ਗਾਲਿਬ ਸਕੂਲ ਦੇ ਨਾਂ ਨਾਲ ਜਿਹੜਾ ਸ਼ੁਰੂ ਹੋਇਆ ਔਰ ਗਾਲਿਬ ਸਕੂਲ ਦੇ ਜਿੰਨੇ ਵੀ ਗਾਂ ਸ਼ਾਗਿਰਦ ਹੋਏ ਉਹ ਪਰੰਪਰਾ ਚੱਲਦੀ ਗਈ ਔਰ ਉਹੀ ਲੋਕ ਜਿਹੜੇ ਪੰਜਾਬ ਨਾਲ ਤਲਕ ਰੱਖਦੇ ਸੀ ਉਹ ਜਦੋਂ ਗਾਲਿਬ ਸਕੂਲ ਨਾਲ ਜੁੜੇ ਕਹਿੰਦੇ ਉਰਦੂ ਵਿੱਚ ਰਹੇ ਪਰ ਜਦੋਂ ਪੰਜਾਬੀ ਜ਼ਬਾਨ ਵਿੱਚ ਗਜ਼ਲ ਕਹਿਣ ਦੀ ਗੱਲ ਤੁਰੀ ਤਾਂ ਇਹ ਇੱਕ ਬੜਾ ਵੱਡਾ ਮਸਲਾ ਆਇਆ ਕਿ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਉਹਦੇ ਵਿੱਚ ਗਜ਼ਲ ਕਹੀ ਨਹੀਂ ਜਾ ਸਕਦੀ, ਇਹ ਸੋਚਣਾ ਸੀਗਾ ਉਹਨਾਂ ਲੋਕਾਂ ਦਾ ਜੀ। ਪਰ ਫਿਰ ਕੁਝ ਲੋਕ ਸਿਰੜੀ ਲੋਕ ਜਿਹੜੇ ਮਿਹਨਤ ਕਰ ਸਕਦੇ ਸੀ ਉਹ ਪੈਦਾ ਹੋਏ ਜਿਨ੍ਹਾਂ ਵਿੱਚ ਮੈਂ ਇਹ ਜ਼ਿਕਰ ਕਰਾਂਗਾ ਮੇਰੇ ਉਸਤਾਦ ਸ਼ਰੀਫ ਜਨਾਬ ਦੀਪਕ ਜੈਤੋਈ ਸਾਹਿਬ ਹੋ ਗਏ, ਡਾਕਟਰ ਸਾਧੂ ਸਿੰਘ ਹਮਦਰਦ ਹੋ ਗਏ, ਠਾਕੁਰ ਭਾਰਤੀ ਔਰ ਕਾਫੀ ਨਾਂ ਨੇ ਮੈਨੂੰ ਇਕਦਮ ਉੱਤਰ ਨਹੀਂ ਦੇ ਤੋ ਇਹਨਾਂ ਲੋਕਾਂ ਨੇ ਬਕਾਇਦਾ ਗਜ਼ਲ ਸਕੂਲ ਸ਼ੁਰੂ ਕੀਤੇ। ਅੱਛਾ। ਔਰ ਉਸੇ ਤਰ੍ਹਾਂ ਦੀ ਪਰੰਪਰਾ ਕਿ ਜੇ ਤੁਸੀਂ ਗਜ਼ਲ ਕਹਿਣੀ ਚਾਹੁੰਦੇ ਹੋ ਤਾਂ ਉਸਤਾਦ ਧਾਰਨ ਕਰੋ ਇਹ ਜਿਹੜਾ ਮੈਂ ਵਰਤਾਰਾ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹ ਅਪਣਾਇਆ ਜਾਂਦਾ ਤੋ ਫਿਰ ਜਿੰਨਾ ਚਿਰ ਉਸਤਾਦ ਜਿਹੜਾ ਉਹ ਸ਼ਾਗਿਰਦ ਨੂੰ
ਫਾਰਗੇ ਸਲਾਹ ਨਹੀਂ ਕਰ ਦਿੰਦਾ ਸੀ ਉਹਨਾਂ ਚਿਰ ਉਹ ਆਪਣੀ ਗਜ਼ਲ ਕਿਸੇ ਅਖਬਾਰ ਰਸਾਲੇ ਜਾਂ ਰੇਡੀਓ ਟੀਵੀ ਨੂੰ ਨਹੀਂ ਭੇਜਦਾ ਸੀ। ਮਤਲਬ ਪੁਖਤਗੀ ਜਿੰਨਾ ਚਿਰ ਹਾਸਿਲ ਨਹੀਂ ਹੁੰਦੀ ਸੀ ਉਹਨਾਂ ਚਿਰ ਅਸੀਂ ਬਾਕਾਇਦਾ ਉਸਤਾਦ ਕੋਲੋਂ ਆਪਣੀ ਸਲਾਹ ਲੈਂਦੇ ਰਹੇ। ਤੋ ਇਹ ਜਦੋਂ ਸਕੂਲ ਆ ਗਏ ਤਾਂ ਫਿਰ ਜਿਹੜੇ ਲੋਕ ਸ਼ਾਇਰੀ ਨਹੀਂ ਕਰ ਸਕਦੇ ਸੀ, ਗਜ਼ਲ ਨਹੀਂ ਕਹਿ ਸਕਦੇ ਸੀ, ਇਹਨਾਂ ਬੰਦਿਸ਼ਾਂ 'ਚ ਨਹੀਂ ਰਹਿ ਸਕਦੇ ਸੀ, ਤਾਂ ਉਹਨਾਂ ਨੇ ਇਹਦਾ ਵਿਰੋਧ ਵੀ ਕੀਤਾ। ਠੀਕ ਹੈ ਨਾ ਕਿ ਤੂੰ ਛੱਡ ਏ ਮਫਾਈਲ ਫੇਲੁਨ ਫੇਲੁਨ ਜੀ, ਨਹੀਂ ਤਾਂ ਜੋ ਕੈਦੀ ਪਰਿੰਦਿਆਂ ਦਾ ਹੋਇਆ ਕਿਤੇ ਹਸ਼ਰ ਤੇਰਾ ਵੀ ਉਹ ਹੀ ਨਾ ਹੋਵੇ। ਉਹਨਾਂ ਨੇ ਇਹ ਕਿਹਾ ਕਿ ਹਵਾਵਾਂ ਦੀ ਆਜ਼ਾਦ ਪਰਵਾਜ਼ ਨੂੰ ਸੁਣ, ਹਵਾਵਾਂ ਦੀ ਆਜ਼ਾਦ ਪਰਵਾਜ਼ ਨੂੰ ਸੁਣ, ਤੂੰ ਛੱਡ ਏ ਮਫਾਈਲ ਫੇਲੁਨ ਫੇਲੁਨ, ਨਹੀਂ ਤਾਂ ਜੋ ਕੈਦੀ ਪਰਿੰਦਿਆਂ ਦਾ ਹੋਇਆ ਕਿਤੇ ਹਸ਼ਰ ਤੇਰਾ ਵੀ ਉਹ ਨਾ ਹੋਵੇ। ਤੋ ਇਹ ਧਾਰਨਾ ਵਾਲੇ ਵੀ ਲੋਕ ਸੀ ਜੀ, ਔਰ ਬਹੁਤ ਹੋਏ। ਇੱਥੇ ਮੈਂ ਜੇ ਉਹਨਾਂ ਦਾ ਨਾਂ ਲਵਾਂ ਕਿ ਬਿਲਕੁਲ ਉਹਨਾਂ ਨੇ ਬੇਬਹਿਰੀਆਂ ਗਜ਼ਲਾਂ ਕਹੀਆਂ ਜੀ, ਬੇਵਜ਼ਨੀਆਂ ਗਜ਼ਲਾਂ ਕਹੀਆਂ, ਔਰ ਉਹ ਗਜ਼ਲ ਵੀ ਨਹੀਂ ਹੈ ਉਹਨੂੰ, ਮਤਲਬ ਤੁਸੀਂ ਪ੍ਰਗੀਤ ਕਹਿ ਸਕਦੇ ਹੋ, ਪਰ ਉਹ ਸਥਾਪਿਤ ਵੀ ਹੋਏ ਔਰ ਉਹ ਵੱਡੇ ਇਨਾਮ ਇਕਰਾਮ ਅਤੇ ਸਨਮਾਨ ਵੀ ਲੈ ਕੇ ਗਏ ਜੀ। ਪਰ ਅੱਜ ਤੱਕ ਜੋ ਗਜ਼ਲ ਕਹਿਣ ਵਾਲੇ ਲੋਕ ਨੇ ਉਹਨਾਂ ਨੂੰ ਗਜ਼ਲਕਾਰ ਨਹੀਂ ਮੰਗਦੇ। ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਬਹੁਤ ਲੋਕ ਨੇ ਪਰ ਜਿਨ੍ਹਾਂ ਨੇ ਸੰਜੀਦਗੀ ਨਾਲ ਗਜ਼ਲ ਕਹੀ, ਜਿਹੜੇ ਗਜ਼ਲ ਨੂੰ ਮੁਹੱਬਤ ਕਰਦੇ ਆ, ਖਾਸ ਤੌਰ 'ਤੇ ਜਿਨ੍ਹਾਂ ਨੂੰ ਗਜ਼ਲ ਦੇ ਪਿਛੋਕੜ ਦਾ ਪਤਾ, ਔਰ ਉਹ ਆਪ ਖੁਦ ਉਹ ਸੂਫੀਆਨਾ ਜਾਂ ਰੂਹਾਨੀ ਤਬੀਅਤ ਦੇ ਮਾਲਕ ਨੇ, ਤਾਂ ਉਹ ਬਾਕਾਇਦਾ ਤੌਰ 'ਤੇ ਸ਼ਾਗਿਰਦ ਦੀ ਧਾਰਨ ਕਰਦੇ ਨੇ ਅਤੇ ਗਜ਼ਲ ਕਹਿੰਦੇ ਨੇ। ਅਤੇ ਗਜ਼ਲ ਦੇ ਜੇ ਰੂਪ ਸਰੂਪ ਦੀ ਗੱਲ ਕੀਤੀ ਜਾਵੇ ਤਾਂ ਕੈਸਾ ਰੂਪ ਅਤੇ ਸਰੂਪ ਹੈ ਗਜ਼ਲ ਦਾ? ਗਜ਼ਲ ਦਾ ਮੈਂ ਪਹਿਲਾਂ ਤੁਹਾਡੇ ਨਾਲ ਸ਼ੁਰੂਆਤੀ ਗੱਲ ਦੌਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਗਜ਼ਲ ਦਾ ਇਸ ਤਰ੍ਹਾਂ ਦਾ ਰੂਪ ਅਤੇ ਸਰੂਪ ਹੈ ਕਿ ਗਜ਼ਲ ਦੀਆਂ ਪਹਿਲੀਆਂ ਦੋ ਲਾਈਨਾਂ ਜਿਨ੍ਹਾਂ ਦਾ ਕਾਫੀਆ ਅਤੇ ਰਦੀਫ ਆਫਸ 'ਚ ਮਿਲਦਾ ਹੈ, ਜਿਨ੍ਹਾਂ ਦਾ ਤੁਕਾਂਤ ਮਿਲਦਾ ਹੈ। ਮਿਸਾਲ ਦੇ ਤੌਰ 'ਤੇ ਕਿ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ, ਇਹਦੇ ਵਿੱਚ ਮੈਨੂੰ ਤੇਰਾ ਸ਼ਬਾਬ ਅਤੇ ਗੁਲਾਬ ਜਿਹੜਾ ਹੈ ਇਹ ਕਾਫੀ ਹੈ। ਅੱਛਾ, ਔਰ ਲੈ ਬੈਠਾ ਇਹ ਰਦੀਫ ਹੈ। ਤੋ ਰਦੀਫ ਜਿਹੜਾ ਇਹ ਅਖੀਰ ਤੱਕ ਆਖਰੀ ਸ਼ੇਰ ਤੱਕ ਸਥਾਪਿਤ ਹੋ ਜਾਂਦਾ, ਇਹਦੇ 'ਚ ਕੋਈ ਤਬਦੀਲੀ ਨਹੀਂ ਹੁੰਦੀ, ਔਰ ਜਿਹੜਾ ਕਾਫੀ ਹੈ ਉਹ ਬਦਲਦਾ ਰਹਿੰਦਾ ਹੈ। ਕਾਫੀਏ ਵਿੱਚ ਵੀ ਦੋ ਅੱਖਰ ਨੇ, ਇੱਕ ਰਵੀ ਅਤੇ ਇੱਕ ਭਵੀ। ਰਵੀ ਜਿਹੜਾ ਹੈ ਉਹ ਸਥਾਪਿਤ ਰਹਿੰਦਾ, ਜਿਵੇਂ ਸ਼ਬਾਬ ਅਤੇ ਕਬਾਬ ਦੇ ਵਿੱਚ ਕੰਨਾਂ ਅਤੇ ਬੱਬਾ ਜਿਹੜਾ ਇਹ ਸਥਾਪਿਤ ਹੋ ਜਾਂਦਾ, ਔਰ ਪਹਿਲਾ ਅੱਖਰ ਜਿਹੜਾ ਉਹ ਤਬਦੀਲ ਹੁੰਦਾ ਚਲਾ ਜਾਂਦਾ। ਤੋ ਇਹ ਕਾਫੀਆ ਰਦੀਫ ਦੀ ਬੰਦਿਸ਼, ਔਰ ਇਹ ਪਹਿਲੇ ਦੋਵਾਂ ਲਾਈਨਾਂ ਉਹਨਾਂ ਨੂੰ ਮਤਲਾ ਕਿਹਾ ਜਾਂਦਾ। ਮਤਲੇ ਦਾ ਵੈਸੇ ਅਰਥ ਹੈਗਾ ਸੂਰਜ ਦਾ ਉਦੇ ਹੋਣਾ, ਅੱਛਾ ਦਿਨ ਦੀ ਸ਼ੁਰੂਆਤ, ਕਿਉਂਕਿ ਗਜ਼ਲ ਦੀ ਸ਼ੁਰੂਆਤ ਇਹਨਾਂ ਦੋ ਨਾਲ ਹੁੰਦੀ ਹੈ, ਇਸਦਾ ਮਤਲਬ ਹੈ ਕਿ ਇਹ ਮਤਲਾ ਹੈ। ਤੋ ਛੋਟ ਹੈ ਕਿ ਤੁਸੀਂ ਤਿੰਨ ਮਤਲੇ ਕਹਿ ਸਕਦੇ ਹੋ, ਅਤੇ ਜੇ ਸ਼ਾਇਰ ਇਸ ਤੋਂ ਬਾਅਦ ਫਿਰ ਇੱਕ ਮਤਲਾ ਕਹਿੰਦਾ, ਕਾਫੀਆ ਰਦੀਫ ਮਿਲਦਾ ਉਹਦਾ, ਤਾਂ ਉਹਨੂੰ ਹੁਸਨੇ ਮਤਲਾ ਕਹਿੰਦੇ ਨੇ। ਅੱਛਾ, ਅਤੇ ਜੇ ਇੱਕ ਹੋਰ ਮਤਲਾ ਕਹਿ ਦਿੰਦਾ ਤਾਂ ਉਸ ਨੂੰ ਮਤਲਾ ਸਾਨੀ ਕਹਿੰਦੇ ਨੇ।
ਔਰ ਫਿਰ ਗਜ਼ਲ ਦੇ ਬਾਅਦ ਸ਼ੇਰ ਸ਼ੁਰੂ ਹੁੰਦੇ ਨੇ। ਔਰ ਗਜ਼ਲ ਦੀ ਇਹੀ ਸਭ ਤੋਂ ਵੱਡੀ ਖੂਬੀ ਹੈ ਕਿ ਗਜ਼ਲ ਦਾ ਹਰ ਸ਼ੇਰ ਸੁਤੰਤਰ ਹੈ, ਆਜ਼ਾਦ ਹੈ, ਉਹਦੀ ਸਿਰਫ ਅਤੇ ਸਿਰਫ ਮਤਲੇ ਨਾਲ ਕਾਫੀ ਰਦੀਫ ਦੀ ਸਾਂਝ ਹੈ। ਅੱਛਾ, ਮਿਸਾਲ ਦੇ ਤੌਰ 'ਤੇ ਮਤਲੇ ਵਿੱਚ ਮੈਂ ਕੋਈ ਪਿਆਰ ਦੀ, ਮੁਹੱਬਤ ਦੀ, ਇਸ਼ਕ ਦੀ ਗੱਲ ਕਰਦਾ ਪਿਆ ਜੀ, ਪਰ ਸ਼ੇਰ ਦੇ ਵਿੱਚ, ਅਗਲੇ ਸ਼ੇਰ ਦੇ ਵਿੱਚ ਮੈਂ ਇਨਕਲਾਬੀ ਗੱਲ ਵੀ ਕਰ ਸਕਦਾ। ਤਾਂ ਉਹਦੀ ਜਿਹੜੀ ਗਜ਼ਲ ਵਿੱਚ ਜਿਹੜੀ ਸਾਂਝ ਹੋਊਗੀ ਉਹ ਸਿਰਫ ਕਾਫੀ ਰਦੀਫ ਦੀ ਸਾਂਝ ਹੋਏਗੀ। ਤਾਂ ਇਹਦੇ ਬਾਰੇ ਵੀ ਨਿਸ਼ਚਿਤ ਹੈ ਕਿ ਤੁਸੀਂ ਵੱਧ ਤੋਂ ਵੱਧ ਕਿੰਨੇ ਸ਼ੇਰ ਕਹਿ ਸਕਦੇ ਹੋ ਜੀ ਇੱਕ ਗਜ਼ਲ ਦੇ। 19 ਸ਼ੇਰ ਦੀ ਜਿਹੜਾ ਗਜ਼ਲ ਦਾ ਵਿਧਾਨ ਹੈ ਉਹਦੀ ਇਜਾਜ਼ਤ ਹੈ ਜੀ ਜੀ। ਔਰ ਗਜ਼ਲ ਦਾ ਆਖਰੀ ਸ਼ੇਰ ਜਿਹਦੇ ਵਿੱਚ ਕਵੀ ਦਾ ਉਪਨਾਮ ਤਖੱਲਸ ਹੈ ਉਸ ਨੂੰ ਮਕਤਾ ਕਿਹਾ ਜਾਂਦਾ ਹੈ ਜੀ, ਕਿਉਂਕਿ ਇਹਦੇ ਵਿੱਚ ਕਵੀ ਆਪਣਾ ਨਾਮ ਜਾਂ ਤਖੱਲਸ ਵਰਤਦਾ ਹੈ, ਇਸ ਕਰਕੇ ਇਹ ਕੱਟਿਆ ਹੋਇਆ। ਮਕਤੇ ਦਾ ਮਤਲਬ ਜਿਹੜਾ ਅਲੱਗ ਹੈ, ਕੱਟਿਆ ਹੋਇਆ, ਤੋ ਆਪਣਾ ਨਾਮ ਵਰਤਦਾ ਹੈ ਇਸ ਕਰਕੇ ਉਸ ਨੂੰ ਮਕਤਾ ਕਿਹਾ ਜਾਂਦਾ ਹੈ। ਔਰ ਯਾਦ ਰਹੇ ਕਿ ਜੇ ਕਵੀ ਆਪਣਾ ਤਖੱਲਸ ਨਹੀਂ ਵਰਤਦਾ, ਸਿਰਫ ਸ਼ੇਰ ਕਹਿੰਦਾ ਹੈ, ਤਾਂ ਪੇਸ਼ਕਾਰ ਜਾਂ ਗਜ਼ਲਗੋ ਉਹਨੂੰ ਆਖਰੀ ਸ਼ੇਰ ਕਹੇਗਾ, ਉਹਨੂੰ ਮਕਤਾ ਨਹੀਂ ਕਹੇਗਾ। ਅਤੇ ਇਸਦਾ ਮਤਲਬ ਇਹ ਹੈ ਕਿ ਗਜ਼ਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗਜ਼ਲ ਗੀਤ ਤੋਂ ਜਾਂ ਕਵਿਤਾ ਤੋਂ ਬਿਲਕੁਲ ਅਲੱਗ ਹੈ। ਬਿਲਕੁਲ ਅਲੱਗ ਹੈ ਜੀ, ਬਿਲਕੁਲ ਜੀ ਜੀ। ਗਜ਼ਲ ਦਾ ਹਰ ਸ਼ੇਰ ਹੀ ਕਵਿਤਾ ਹੈ, ਗਜ਼ਲ ਦਾ ਹਰ ਸ਼ੇਰ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਨਜ਼ਮ ਹੈ, ਮੁਕੰਮਲ ਕਵਿਤਾ ਹੈ। ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਇਹ ਮਤਲਬ ਇੱਕ ਗਜ਼ਲ ਦਾ ਸ਼ੇਰ ਹੈ, ਅਲੱਗ ਹੈ, ਪੜ੍ਹੇ ਆਪਣੇ ਆਪਣੇ ਜੀ ਜੀ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਕਿ ਦਾਨਾ ਖਾਕ ਮੇਂ ਮਿਲ ਕੇ ਗੁਲੋ ਗੁਲਜ਼ਾਰ ਹੋਤਾ ਹੈ। ਇਹ ਆਪਣੇ ਆਪ ਦੇ ਵਿੱਚ ਮੁਕੰਮਲ ਸ਼ੇਰ ਹੈ। ਗੀਤ ਦੇ ਵਿੱਚ ਤੁਸੀਂ ਸਥਾਈ ਦੇ ਵਿੱਚ ਜੀ ਪਹਿਲੀਆਂ ਦੋ ਲਾਈਨਾਂ ਦੇ ਜਾਂ ਮੁਖੜੇ ਦੇ ਵਿੱਚ ਤੁਸੀਂ ਇੱਕ ਵਿਸ਼ਾ ਨਿਰਧਾਰਿਤ ਕਰ ਲਿਆ। ਅਤੇ ਤੁਸੀਂ ਮਿਸਾਲ ਦੇ ਤੌਰ 'ਤੇ ਗੀਤ ਦਾ ਰੂਪ ਹੈ ਕਿ ਗੀਤ ਹੈ ਕਿ ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ, ਹੜ ਆਵੇ ਸਾਡੀ ਐਵੇਂ ਨਾ ਤੂੰ ਜਿੰਦ ਤੜਪਾ, ਕਿਉਂ ਆਵੇ ਕਿ ਰੁੱਤ ਪਿਆਰ ਦੀ ਹੈ ਜਵਾਨੀਆਂ ਦੇ ਮਾਮਲੇ, ਚੱਪੇ ਚੱਪੇ ਲਾਭ ਹਾਨੀਆਂ ਦੇ ਮਾਮਲਾ ਏ, ਤੂੰ ਕੀ ਜਾਣਦਾ ਜਮਾਨਾ ਉੱਤੋਂ ਕਿਹੜਾ ਹੈ ਜਮਾਨਾ, ਰਿੰਦਾ ਦਿੰਦਾ ਲੜਾਈ ਦਾ ਪਹਾੜ ਬਣਾ, ਅਤੇ ਇਸ ਕਰਕੇ ਮਾਹੀ ਵੀ ਲੈ ਕੇ ਛੁੱਟੀਆਂ ਮਹੀਨੇ ਦੀਆਂ। ਮੈਨੂੰ ਜਾਪਦਾ ਕੁਆਰਾ ਤੇਰਾ ਸਾਹਿਬ ਵੇ, ਨਹੀਂ ਤਾਂ ਛੁੱਟੀ ਨੂੰ ਉਹ ਦਿੰਦਾ ਨਾ ਜਵਾਬ ਵੇ, ਕਿਸੇ ਪੱਜ ਢੰਗ ਨਾਲ ਉਹਨੂੰ ਸਾਰਾ ਹਾਲ ਚਾਲ ਤੂੰ ਕਿਵੇਂ ਨਾ ਕਿਵੇਂ ਸਮਝਾ, ਇਸ ਕਰ ਮਾਹੀ ਵੀ ਲੈ ਕੇ ਛੁੱਟੀਆਂ ਮਹੀਨੇ। ਤੋ ਇੱਕ ਵਿਸ਼ਾ ਜਿਹੜਾ ਗੀਤ ਦੇ ਵਿੱਚ ਨਿਰਧਾਰਿਤ ਹੋ ਗਿਆ ਤਾਂ ਉਹਦੇ ਵੱਖਰੇ ਵੱਖਰੇ ਪਹਿਲੂਆਂ ਤੋਂ ਉਹ ਮੁਖੜੇ ਨਾਲ ਜੋੜ ਦਿੱਤਾ ਜਾਂਦਾ ਹੈ। ਨਜ਼ਮ ਦੇ ਵਿੱਚ ਉਹਦੀ ਤਰਤੀਬ ਤੁਰੀ ਜਾਂਦੀ ਹੈ ਜੀ, ਅਤੇ ਅਖੀਰ ਜਦੋਂ ਪ੍ਰਕਾਸ਼ਟ ਆਇਆ ਅੰਤਮ ਉਹਦੇ ਵਿੱਚ ਉਹਦਾ ਤੋੜਾ ਪਾ ਦਿੱਤਾ ਜਾਂਦਾ ਜੀ, ਇਹਨਾਂ ਨੇ ਉਹਦੀ ਖੜੋਤ ਜਿਹੜੀ ਆ ਉਹ ਤੋੜ ਦਿੱਤੀ ਜਾਂਦੀ ਹੈ ਜੀ। ਤੋ ਗਜ਼ਲ ਦਾ ਹਰ ਸ਼ੇਰ ਆਪਣੇ ਆਪ ਵਿੱਚ ਗੀਤ ਵੀ ਹੈ, ਗੀਤ ਵੀ ਹੈ, ਬਿਲਕੁਲ ਬਿਲਕੁਲ, ਹਰ ਸ਼ੇਰ ਆਪਣੇ ਆਪ ਵਿੱਚ ਨਜ਼ਮ ਵੀ ਹੈ, ਨਜ਼ਮ ਵੀ ਹੈ ਜੀ, ਪਰ ਗੀਤ ਵਿੱਚ ਅਜਿਹਾ ਨਹੀਂ ਹੈ, ਨਜ਼ਮ ਵਿੱਚ ਅਜਿਹਾ ਨਹੀਂ ਹੈ ਜੀ।
ਖਾਸ ਤੌਰ 'ਤੇ ਜਦੋਂ ਪੰਜਾਬੀ ਗਜ਼ਲ ਦੀ ਗੱਲ ਕੀਤੀ ਜਾਵੇ ਤਾਂ ਕੀ ਸਥਿਤੀ ਹੈ ਪੰਜਾਬੀ ਗਜ਼ਲ ਦੀ? ਪੰਜਾਬੀ ਗਜ਼ਲ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕ ਗਜ਼ਲ ਨਾਲ ਜੁੜੇ ਔਰ ਬੜੇ ਵੱਡੇ ਪੱਧਰ 'ਤੇ ਗਜ਼ਲ ਕਹੀ ਜਾਂਦੀ ਰਹੀ ਔਰ ਬੜੇ ਨਾਮਵਰ ਸ਼ਾਇਰਾਂ ਨੇ ਗਜ਼ਲ ਕਹੀ, ਜਿਨ੍ਹਾਂ ਵਿੱਚ ਸੁਰਜੀਤ ਪਾਤਰ, ਮੇਰੇ ਉਸਤਾਦ ਦੀਪਕ ਜਤੋਈ ਸਾਹਿਬ ਨੇ, ਸੁਲੱਖਣ ਸਰਹੱਦੀ ਹੈ, ਅਮਰਜੀਤ ਸੰਧੂ ਹੈ, ਇਹ ਉਹ ਲੋਕ ਨੇ ਮੈਂ ਉਹਨਾਂ ਦਾ ਨਾਂ ਲਿਆ ਜਿਹੜੇ ਜਿਨ੍ਹਾਂ ਨੂੰ ਅਸੀਂ ਉਸਤਾਦ ਪੱਧਰ ਦੇ ਲੋਕ ਸਮਝਦੇ ਹਾਂ, ਜਿਨ੍ਹਾਂ ਨੇ ਅਗਾਂਹ ਦੂਸਰਿਆਂ ਨੂੰ ਵੀ ਗਜ਼ਲ ਲਿਖਣ ਲਈ ਪ੍ਰੇਰਿਆ। ਇਹਨਾਂ ਤੋਂ ਇਲਾਵਾ ਜਿਹੜੇ ਅਗਾਂਹ ਇਹਨਾਂ ਦੇ ਸ਼ਾਗਿਰਦ ਹੋਏ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਹੈ। ਔਰ ਹਾਲ ਦੀ ਘੜੀ ਇਸ ਵੇਲੇ ਪੰਜਾਬੀ ਵਿੱਚ ਸਭ ਤੋਂ ਵੱਧ ਗਜ਼ਲ ਲਿਖੀ ਜਾ ਰਹੀ ਹੈ। ਕਰੀਬ ਕਰੀਬ ਹਰ ਉੱਭਰਦਾ ਪੁੰਗਰਦਾ ਅਤੇ ਸਥਾਪਿਤ ਸ਼ਾਇਰ ਉਹ ਗਜ਼ਲ ਕਹਿ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਇੱਕਾ ਦੁੱਕਾ ਸ਼ਾਇਰਾਂ ਨੂੰ ਛੱਡ ਕੇ ਕੋਈ ਸ਼ਾਇਰ ਬੱਚਾ ਹੋਵੇ ਜਿਹਨੇ ਗਜ਼ਲ ਨਾ ਕਹੀ ਹੋਵੇ। ਔਰ ਗਜ਼ਲ ਕੱਚੀ ਪੀਲੀ ਗਜ਼ਲ ਲਿਖਣ ਵਾਲੇ ਤਾਂ ਬਹੁਤ ਲੋਕ ਨੇ ਜੀ, ਕਿਉਂਕਿ ਉਹਨਾਂ ਦੀ ਕਿਤੇ ਹੋਮੇ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਕਿਸੇ ਦੇ ਕੋਲ ਨਮਸਤਕ ਕਿਉਂ ਹੋਈਏ, ਉਸਤਾਦ ਧਾਰਨ ਦੀ ਕੋਈ ਲੋੜ ਨਹੀਂ ਹੈ, ਆਪਣੇ ਆਪ ਸਿੱਖਿਆ ਜਾ ਸਕਦਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗਜ਼ਲ ਦੇ ਹੀ ਦੋ ਅਰਥ ਹੋ ਜਾਂਦੇ, ਇਸੇ ਤਰ੍ਹਾਂ ਅਸੀਂ ਜਦੋਂ ਕੋਈ ਸ਼ਬਦ ਬੰਨਦੇ ਹਾਂ ਤਾਂ ਉਹਦੇ ਅਰਥ ਬਦਲ ਜਾਂਦੇ ਹੈ ਜੀ। ਮਿਸਾਲ ਦੇ ਤੌਰ 'ਤੇ ਮੇਰਾ ਇੱਕ ਮਤਲਬ ਸੀ ਕਿ ਬੀਤ ਗਏ ਕਈ ਸਾਲ ਵੇ ਅੜਿਆ, ਤੂੰ ਨਾ ਆਇਓ ਹਾਲ ਵੇ ਅੜਿਆ ਜੀ। ਤਾਂ ਮੇਰੇ ਉਸਤਾਦ ਸ਼ਰੀਫ ਕਹਿੰਦੇ ਕਿ ਨਹੀਂ ਨਹੀਂ, ਉਹ ਉਰਦੂ 'ਚ ਗੱਲ ਕਰਦੇ ਕਰਦੇ ਆਪਨੇ ਯਹਾਂ ਤੋਂ ਹਾਲ ਕੇ ਅਰਥ ਹੀ ਬਦਲ ਕੇ ਰੱਖ ਦਈਏ ਜੀ। ਤਾਂ ਉਹਨਾਂ ਨੇ ਇੱਕ ਸ਼ੇਰ ਕਿਹਾ ਉਰਦੂ ਦੇ, ਮੈਨੂੰ ਸੁਣਿਆ ਹੈ ਕਿ ਮੇਰਾ ਹਾਲ ਲਿਖਣੇ ਕੇ ਕਾਬਿਲ ਨਹੀਂ ਹੈ, ਅਗਰ ਮਿਲ ਗਏ ਤਾਂ ਜਵਾਨੀ ਕਹੂੰਗਾ। ਤਾਂ ਉਹਨਾਂ ਨੇ ਇਹਨੂੰ ਕੱਟ ਕੇ ਕੀਤਾ ਕਿ ਬੀਤ ਗਏ ਕਈ ਸਾਲ ਵੇੜਿਆ, ਤੂੰ ਨਾ ਪੁੱਛਿਆ ਹਾਲ ਵੇੜਿਆ। ਤੂੰ ਜੇ ਮੈਂ ਮਿਸਰੇ 'ਚ ਕਹਿ ਰਿਹਾ ਤੂੰ ਨਾ ਆਇਓ ਹਾਲ ਵੇੜਿਆ, ਮੈਂ ਕਹਿ ਰਿਹਾ ਵੀ ਤੂੰ ਹਾਲੇ ਤੱਕ ਨਹੀਂ ਆਇਆ, ਨਹੀਂ ਆਇਆ ਜੀ। ਪਰ ਇਹ ਬਣਦਾ ਨਹੀਂ ਹੈ ਜੀ। ਅਤੇ ਜਦੋਂ ਆਪਾਂ ਕਹਿੰਦੇ ਤੂੰ ਨਾ ਪੁੱਛਿਆ ਹਾਲ ਵੇੜਿਆ, ਇਹਦਾ ਅਰਥ ਤਾਂ ਗਜ਼ਲ ਗੋਜ ਦੇ ਵਿੱਚ ਇੰਨੀ ਬਰੀਕੀ ਤੱਕ ਜਾਇਆ ਜਾਂਦਾ ਹੈ ਸ਼ਬਦ ਦੇ ਮਾਇਨੇ ਔਰ ਸ਼ਬਦ ਦਾ ਇੱਕ ਕਾਫੀਏ ਦਾ ਸ਼ੁੱਧ ਪ੍ਰਯੋਗ ਜੀ। ਇਹ ਕੋਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪਹੁੰਚਿਆ ਹੋਇਆ ਸ਼ਾਇਰ ਹੀ ਸਮਝਾ ਸਕਦਾ ਹੈ ਬਰੀਕੀਆਂ ਜਿਹੜੀਆਂ ਗੱਲਾਂ। ਅਤੇ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਯੁੱਗ ਹੈ ਜਿਹਨੂੰ ਕਹਿੰਦੇ ਕਿ ਟੈਕਨੋਲੋਜੀ ਦਾ ਯੁੱਗ ਹੈ, ਤੇਜ਼ ਸਭ ਕੁਝ ਜਲਦੀ ਜਲਦੀ ਹੋ ਰਿਹਾ ਹੈ, ਫਾਸਟ ਦਾ ਯੁੱਗ ਹੈ, ਕੀ ਇਸ ਚੀਜ਼ ਦਾ ਗਜ਼ਲ 'ਤੇ ਵੀ ਅਸਰ ਪਿਆ ਜੀ? ਇਹ ਥੋੜ੍ਹਾ ਜਿਹਾ ਸਮਾਧੀ ਵਰਗਾ ਅਹਿਸਾਸ ਕਰਨ ਵਾਲੀ ਗੱਲ ਹੈ ਔਰ ਧਿਆਨ ਮੰਗਦਾ ਹੈ। ਅੱਛਾ, ਧਿਆਨ ਇਸ ਕਰਕੇ ਮੰਗਦਾ, ਧਿਆਨ ਦੇ ਅਸਲ ਅਰਥ ਇਹੀ ਹੈ ਨਾ ਕਿ ਤੁਸੀਂ ਐਸੇ ਘੜੀ ਐਸੇ ਚਿਣ ਐਸੇ ਵੇਲੇ ਧਿਆਨ 'ਚੋਂ ਜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਜਵਾਬ ਦੇ ਰਿਹਾ, ਤਾਂ ਇਹ ਮੈਂ ਧਿਆਨ 'ਚ ਹਾਂ ਇਸ ਵੇਲੇ, ਨਾ ਬੀਤਿਆ ਨਾ ਆਉਣ ਵਾਲਾ ਹੈ ਜੀ ਜੀ, ਆਹੀ ਘੜੀ ਆਹੀ ਪਲ ਆਹੀ ਛਿਣ ਹੈ ਜੀ। ਮਾੜਾ ਹੈ, ਮਣਕਾ ਗਿਆ, ਆ ਆਇਆ ਆ ਆਇਆ, ਅੱਛੋ ਮਹਿਸੂਸ ਕਰ ਰਹੇ,
ਜਾਂ ਅਸੀਂ ਕੋਈ ਸ਼ਬਦ ਹੈ, ਓਮ ਹੈ, ਵਾਹਿਗੁਰੂ ਹੈ, ਮਤਲਬ ਤੁਸੀਂ ਭਵਿੱਖ ਛੱਡਤਾ ਜੀ, ਆਉਣ ਵਾਲਾ ਛੱਡਤਾ, ਵੀ ਵਰਤਮਾਨ 'ਚ ਇੱਕ ਸ਼ਬਦ 'ਤੇ ਠਹਿਰ ਗਏ। ਤੋ ਇਹ ਇਹ ਜਿਹੜੀ ਗਜ਼ਲ ਹੈ, ਗਜ਼ਲ ਦੇ ਮਾਇਨੀ ਜਿੰਨਾ ਚਿਰ ਤੁਸੀਂ ਵਰਤਮਾਨ ਵਿੱਚ ਹੋ ਕੇ ਨਹੀਂ ਸੁਣ ਰਹੇ, ਉਨਾ ਚਿਰ ਤੁਹਾਨੂੰ ਸਮਝ ਨਹੀਂ ਆਉਣਗੇ ਅਤੇ ਤੁਹਾਡੇ ਅੰਦਰੋਂ ਵਾਹ ਨਹੀਂ ਨਿਕਲੂਗੀ। ਬਿਲਕੁਲ ਬਿਲਕੁਲ। ਪਰ ਕਿਉਂਕਿ ਹੁਣ ਢੋਲ ਟਮਕੇ ਦਾ ਸੋਸ਼ਲ ਮੀਡੀਆ ਨੇ ਤਾਂ ਬਹੁਤ ਹੀ ਨਾਚ ਮਾਰ ਦਿੱਤਾ ਜੀ। ਤੁਸੀਂ ਦੇਖੋ ਕਿ ਚੁਰਾਈਆਂ ਹੋਈਆਂ, ਇੱਧਰੋਂ ਉੱਧਰੋਂ ਲਈਆਂ ਹੋਈਆਂ ਸਤਰਾਂ ਬੋਲੀਆਂ ਜਾ ਰਹੀਆਂ, ਫਿਰ ਬੋਲਣ ਵਾਲੇ ਨੂੰ ਕਾਫੀ ਰਦੀਫ ਦਾ ਨਹੀਂ ਪਤਾ, ਸ਼ੇਰ ਦੀ ਬਣਤਰ ਦਾ ਨਹੀਂ ਪਤਾ, ਗਜ਼ਲ ਦੀ ਬਣਤਰ ਦਾ ਨਹੀਂ ਪਤਾ, ਗੀਤ ਦੀ ਬਣਤਰ ਦਾ ਨਹੀਂ ਪਤਾ, ਨਜ਼ਮ ਦੀ ਬਣਤਰ ਦਾ ਨਹੀਂ ਪਤਾ। ਬਸ ਉਹਦੀ ਇੰਨੀ ਕੁ ਹੈ ਕਿ ਮੈਨੂੰ ਲਾਇਕ ਕਮੈਂਟ ਕਿੰਨੇ ਕੁ ਮਿਲਦੇ ਹੈ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਸਿੱਖਣ ਨੂੰ ਤਿਆਰ ਨਹੀਂ। ਔਰ ਉਹਦੇ ਰੀਸ ਵਿੱਚ ਜਿਹੜੇ ਅਗਾਂਹ ਪੁੰਕਰ ਦੇ ਸ਼ਾਇਰ ਨੇ ਉਹ ਇਸ ਪਾਸੇ ਤੁਰ ਪਏ। ਤੋ ਸਾਡਾ ਇਹ ਇਸ ਵਿਗਿਆਨਕ ਜਾਂ ਕਾਹਲੀ ਦੇ ਯੁੱਗ ਜਾਂ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸ਼ਾਇਰੀ ਦਾ ਵਿਸ਼ੇਸ਼ ਤੌਰ ਉੱਤੇ, ਔਰ ਮੈਂ ਜੇ ਨਾਲ ਲਾਈਟ ਕਰਾਂ ਕਿ ਅਦਾਕਾਰੀ ਦਾ ਵੀ, ਕਿਉਂਕਿ ਸੋਸ਼ਲ ਮੀਡੀਆ ਹਰ ਬੰਦਾ ਆਪਣੇ ਆਪ ਨੂੰ ਅਦਾਕਾਰ ਸਮਝ ਰਿਹਾ ਹੈ। ਜੀ ਜੀ, ਜੇ ਅਜਿਹਾ ਹੋ ਜਾਂਦਾ, ਹੋ ਸਕਦਾ ਕੋਈ ਨਾ ਕੋਈ ਬੰਦਾ ਪ੍ਰਕਿਰਤਕ ਰੂਪ 'ਚ ਐਕਟਰ ਹੋਵੇ, ਅਦਾਕਾਰ ਹੋਵੇ, ਪਰ ਹਰ ਕੋਈ ਨਹੀਂ ਹੁੰਦਾ। ਦੂਜੇ ਪਾਸੇ ਸਾਡੇ ਕੋਲ ਉਹ ਅਦਾਕਾਰ ਨੇ ਜਿਨ੍ਹਾਂ ਨੇ ਬਕਾਇਦਾ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਤੋਂ, ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਐਂਡ ਟੀ ਵੀ ਡਿਪਾਰਟਮੈਂਟ ਤੋਂ ਜਾਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਟ੍ਰੇਨਿੰਗ ਲਈ, ਸਿੱਖਿਆ ਲਈ MA ਕੀਤੀ ਜਾਂ ਜੋ ਵੀ ਉੱਥੋਂ ਦੀ ਡਿਗਰੀ ਹੈ, ਡਿਪਲੋਮਾ ਉਹ ਲਿਆ, ਫਿਰ ਬਕਾਇਦਾ ਕਿਸੇ ਵੱਡੇ ਥੀਏਟਰ ਉਸਤਾਦ ਦੇ ਨਾਲ ਰਹਿ ਕੇ ਥੀਏਟਰ ਕੀਤਾ, ਔਰ ਉਸ ਤੋਂ ਬਾਅਦ ਉਹ ਐਕਟਿੰਗ ਦੇ ਖੇਤਰ ਵਿੱਚ ਆਉਂਦਾ। ਉਹ ਵੀ ਉਹ ਅਭਿਨੈ ਕਰਦਾ ਨਾਟਕ ਵਿੱਚ, ਮੰਚ ਦੇ ਉੱਤੇ, ਸੰਯੋਗ ਬਸ ਉਹਨੂੰ ਕੋਈ ਪ੍ਰੋਡਿਊਸਰ ਚੱਕ ਕੇ ਲੈ ਕੇ ਮੈਂ ਤੈਨੂੰ ਲੈ ਗਿਆ। ਸਾਡੇ ਨਸੀਰਦੀਨ ਸ਼ਾਹ ਹੋ ਗਿਆ, ਓਮਪੁਰੀ, ਅਮਰੀਸ਼ਪੁਰੀ, ਇਹ ਸਾਰੇ ਲੋਕ ਥੀਏਟਰ 'ਚੋਂ ਜਾਂਦੇ ਆ ਨਾ। ਇਸ ਤਰ੍ਹਾਂ ਸਾਡੇ ਪੰਜਾਬੀ ਦੀ ਇੱਕ ਲੰਮੀ ਲਾਈਨ ਹੈ ਜਿਹੜੀ ਕਿ ਥੀਏਟਰ ਤੋਂ ਇੱਧਰ ਆਈ ਹੈਗੀ। ਤੋ ਸ਼ਾਇਰੀ ਦੇ ਵਿੱਚ ਇੰਨਾ ਜ਼ਿਆਦਾ ਨਿਗਾਰ ਆ ਗਿਆ ਸੱਚ ਪੁੱਛੋ ਕਿ ਮੈਂ ਮੇਰੀ ਦਿਲਚਸਪੀ ਨਹੀਂ ਸੀ TV 'ਤੇ ਆਉਣ ਦੀ, ਪਰ ਜਦੋਂ ਪ੍ਰੋਡਿਊਸਰ ਸਾਹਿਬ ਨੇ ਮੇਰੇ ਨਾਲ ਇਹ ਗੱਲ ਕੀਤੀ ਕਿ ਯਾਰ ਆਉਣਾ ਬਣਦਾ ਹੈ ਤੁਹਾਡਾ, ਕਿਉਂਕਿ ਸੰਜੀਦਗੀ ਨਾਲ ਦੂਰਦਰਸ਼ਨ ਨੇ ਗੱਲ ਕਰਨੀ ਹੈ। ਜੀ ਜੀ, ਇਹ ਦੂਰਦਰਸ਼ਨ ਦੀ ਖਾਸੀਅਤ ਹੈ ਕਿ ਸੰਜੀਦਗੀ ਦੇ ਨਾਲ ਬਹੁਤ ਸਾਰੇ ਵਿਸ਼ੇ ਜਿਹੜੇ ਹੈ ਉਹ ਦਰਸ਼ਕਾਂ ਦੇ ਸਾਹਮਣੇ ਰੱਖੇ। ਘੱਟੋ ਘੱਟ ਉਹ ਜਿਹੜੇ ਚਾਰ ਲਾਈਨਾਂ ਲਿਖ ਕੇ ਜਾਂ ਸਤਹੀ ਪੱਧਰ ਦੀਆਂ ਗੱਲਾਂ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਸ਼ਾਇਰ ਬਣੇ ਫਿਰਦੇ ਨੇ, ਉਹਨਾਂ ਨੂੰ ਪਤਾ ਤਾਂ ਲੱਗੇ ਯਾਰ ਗਜ਼ਲ ਹੁੰਦੀ ਕੀ ਚੀਜ਼। ਬਿਲਕੁਲ, ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਅਤੇ ਗੀਤ ਅਤੇ ਪੰਜਾਬੀ ਗਜ਼ਲ ਦੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਗੁਰਮੀਤ ਮੀਤ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ, ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਗੱਲਬਾਤ ਨੂੰ ਹੋਰ ਅੱਗੇ ਵਧਾਉਂਦੇ ਹਾਂ। ਮੀਤ ਜੀ, ਤੁਹਾਡੇ ਆਪਣੇ ਗਜ਼ਲ ਸੰਗ੍ਰਹਿ ਬਾਰੇ ਜੇ ਤੁਸੀਂ ਜਾਣਕਾਰੀ ਦੇਣਾ ਚਾਹੋ ਤਾਂ ਉਹ ਕਿਹੜਾ ਆ ਜੀ? ਮੇਰਾ ਸਭ ਤੋਂ ਪਹਿਲਾ ਗਜ਼ਲ ਸੰਗ੍ਰਹਿ ਜਿਹੜਾ ਸੀ ਉਹ 1986 ਦੇ ਵਿੱਚ ਛਪਿਆ ਸੀ ਜੀ। ਉਹਦਾ ਸਿਰਲੇਖ ਸੀ ਮੇਰੇ ਸਿਰ ਇਲਜ਼ਾਮ। ਮੇਰੇ ਸਿਰ ਇਲਜ਼ਾਮ, ਹਾਂਜੀ। ਔਰ ਉਦੋਂ ਹਾਲਾਤ ਸਾਜ਼ਗਾਰ ਸੀ, ਗਜ਼ਲ ਦੇ ਪਾਠਕ ਬਹੁਤ ਸੀ,
ਤੂੰ ਇੰਨਾ ਧੜਾਧੜ ਵੇਖਿਆ, ਇੰਨਾ ਧੜਾਧੜ ਵੇਖਿਆ, ਕਿਉਂ ਮੇਰੇ ਕੋਲ ਵੀ ਉਹਦੀ ਇੱਕ ਕਾਪੀ ਜਿਹੜੀ ਸੀ ਉਹ ਨਹੀਂ ਬਚੀ। ਹੁਣ ਇੱਕ ਲੰਮੇ ਅਰਸੇ ਬਾਅਦ ਕੈਲੀਬਰ ਪਬਲੀਕੇਸ਼ਨ ਨੇ ਜਿਹੜੀ ਉਹਦਾ ਸੈਕਿੰਡ ਐਡੀਸ਼ਨ ਕੱਢਿਆ, ਔਰ ਮੈਂ ਆਪ ਹੈਰਾਨ ਹੈ ਕਿ ਇਹ ਉਹ ਪਬਲਿਸ਼ਰ ਨੇ ਉਹ ਕਿਤਾਬ ਲੱਭੀ ਕੀਤਾ। ਠੀਕ ਹੈ, ਉਸ ਤੋਂ ਬਾਅਦ ਮੇਰੀਆਂ ਵਿਭਿੰਨ ਕਵਿਤਾਵਾਂ ਦੀਆਂ ਕਿਤਾਬਾਂ ਦੇ ਵਿੱਚ ਗਜ਼ਲਾਂ ਵਾਸਤੇ ਇੱਕ ਰਾਖਵਾਂ ਹਿੱਸਾ ਰੱਖ ਕੇ ਮੈਂ ਛਾਇਆ ਕਰਾਂ, ਜਿਹਦੇ ਵਿੱਚ ਅਨੀਤਾ ਨੂੰ ਪਤਾ ਹੈ ਔਰ ਮੈਂ ਕਿ ਜੋ ਗੁਰਮੀਤ ਨਹੀਂ ਹਾਂ, ਇਹ ਮੇਰਾ ਸਾਂਝਾ ਕਾਵਿ ਸੰਗ੍ਰਹਿ ਜਿਹਦੇ ਵਿੱਚ ਗਜ਼ਲਾਂ ਵੀ ਨੇ ਔਰ ਜਿਹਦੇ ਵਿੱਚ ਗੀਤ ਵੀ ਨੇ ਔਰ ਕਵਿਤਾਵਾਂ ਵੀ ਨੇ, ਪਰ ਨਰੋਲ ਗਜ਼ਲਾਂ ਦਾ ਜਿਹੜਾ ਮੇਰਾ ਸੰਗ੍ਰਹਿ ਹੈ ਉਹ ਇੱਕੋ ਹੀ ਹੈ, ਉਹ ਹੈ ਮੇਰੇ ਸਿਰ ਇਲਜ਼ਾਮ। ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰੇ ਸਿਰ ਇਲਜ਼ਾਮ, ਇਹ ਤੁਹਾਡਾ ਗਜ਼ਲ ਸੰਗ੍ਰਹਿ ਹੈ, ਜੇ ਗੱਲ ਕੀਤੀ ਜਾਵੇ ਗਜ਼ਲ ਗਾਇਨ ਦੀ ਜੀ, ਅਤੇ ਗਜ਼ਲ ਗਾਇਨ ਦੀ ਅੱਜ ਦੇ ਸਮੇਂ ਦੇ ਵਿੱਚ ਕੀ ਸਥਿਤੀ ਹੈ, ਖਾਸ ਤੌਰ 'ਤੇ ਪੰਜਾਬੀ ਗਜ਼ਲ ਗਾਇਨ ਦੀ ਜੇ ਮੈਂ ਗੱਲ ਕਰਾਂ ਜੀ? ਜਿਵੇਂ ਗਜ਼ਲ ਦਾ ਲਿਖਣ ਬਹੁਤ ਔਖਾ ਹੈ, ਜਿਸ ਨੇ ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਨੂੰ ਨਹੀਂ ਹੰਡਾਇਆ ਉਹ ਗਜ਼ਲ ਨਹੀਂ ਕਹਿ ਸਕਦਾ, ਨਹੀਂ ਕਹਿ ਸਕਦਾ, ਕਿਉਂਕਿ ਜਿਹੜੀਆਂ ਇਹਦੀਆਂ ਬਰੀਕੀਆਂ ਨਾ ਉਹ ਕਿਤਾਬਾਂ ਪੜ੍ਹ ਕੇ ਨਹੀਂ ਆਉਂਦੀਆਂ ਜੀ ਜੀ। ਅਤੇ ਇਹਦੇ ਵਾਸਤੇ ਇੱਕੋ ਹੀ ਰਸਤਾ ਹੈ ਕਿ ਤੁਹਾਡਾ ਉਸਤਾਦ ਜਿਹੜਾ ਉਹਨੂੰ ਇਸਲਾਹ ਕਰੇ, ਤੁਹਾਡੇ ਬੰਨੇ ਹੋਏ ਸ਼ਬਦਾਂ ਨੂੰ ਦਰੁਸਤ ਕਰੇ, ਜਾਂ ਬੇਬਹਿਰ ਜਿੱਥੇ ਤੁਸੀਂ ਹੋ ਰਹੇ ਹੋ, ਬੇਵਜ਼ਨ ਜਿੱਥੇ ਹੋ ਰਹੇ ਹੋ, ਉਹਨੂੰ ਉਹ ਠੀਕ ਕਰੇ ਔਰ ਤੁਹਾਨੂੰ ਨਾਲੋਂ ਨਾਲ ਸਮਝਾਵੇ ਵੀ ਕਿ ਇਹ ਇਸ ਨੂੰ ਜੇ ਸ਼ਬਦ ਦੀ ਥਾਂ 'ਤੇ ਆਹ ਸ਼ਬਦ ਰੱਖਿਆ ਜਾਂਦਾ ਤਾਂ ਵਧੇਰੇ ਕਾਰਗਰ ਹੋਣਾ ਸੀ। ਤਾਂ ਉਹ ਪਰੰਪਰਾ ਹੁਣ ਹੈ ਨਹੀਂ ਹੈ, ਔਰ ਜਦੋਂ ਗਜ਼ਲ ਜਿਹੜੀ ਆ ਉਹ ਪਹਿਲਾਂ ਹੀ ਸੰਗੀਤਬੱਧ, ਬਹਿਰ ਵਜ਼ਨ ਕੀ ਹੈ ਉਹ ਸੰਗੀਤਬੱਧ ਹੈ ਜੀ ਜੀ, ਉਹ ਕਿਸੇ ਰਾਗ ਵਿੱਚ ਨਿਰਧਾਰਿਤ ਰਾਗ ਵਿੱਚ ਉਹ ਆਪਣੇ ਆਪ ਵਿੱਚ ਬੱਝੀ ਹੋਈ ਹੈ। ਅਗਾਂਹ ਉਹਨੂੰ ਸੰਗੀਤਕਾਰ ਜਾਂ ਗਾਇਕ ਕਿਸ ਗਾਇਕ ਕਿਸ ਕੀ ਕਹਿੰਦੇ ਰਾਗ ਵਿੱਚ ਬੰਨਦਾ ਹੈ ਉਹ ਉਹਦੀ ਆਪਣੀ ਮਹਾਰਤ ਹੈ, ਪਰ ਗਜ਼ਲ ਆਪਣੇ ਆਪ ਦੇ ਵਿੱਚ ਆਪਣੇ ਜਨਮ ਤੋਂ ਹੀ ਸੰਗੀਤ ਵਿੱਚ ਰਾਗ ਵਿੱਚ ਹੁੰਦੀ ਹੈ, ਕਿਉਂਕਿ ਇਹ ਇਹ ਇੱਕ ਵਿਧੀਵਤ ਜਿਹੜਾ ਢਾਂਚਾ ਉਹਦੇ ਵਿੱਚ ਕਹੀ ਜਾਂਦੀ ਹੈ ਗਜ਼ਲ ਜਿਹੜੀ ਹੈਗੀ ਹੈ। ਤਾਂ ਇਹਨੂੰ ਸੰਗੀਤ ਵਿੱਚ ਬਣਨਾ ਬਹੁਤ ਆਸਾਨ ਅਤੇ ਬਹੁਤ ਸੌਖਾ ਹੁੰਦਾ ਹੈ ਜੀ। ਸੰਗੀਤਕਾਰ ਲਈ ਜਾਂ ਗਾਇਕ ਲਈ ਔਖਾ ਕਦੋਂ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਬੇਬਹਿਰੀ ਰਚਨਾ ਨੂੰ, ਬੇਵਜ਼ਨ ਲਾਈਨ ਨੂੰ ਤੁਸੀਂ ਸੰਗੀਤਬੱਧ ਕਰਦੇ ਹੋ, ਫਿਰ ਉਹਨੂੰ ਤੋੜਨਾ ਪੈਂਦਾ, ਮਰੋੜਨਾ ਪੈਂਦਾ। ਪਰ ਇਹ ਕਿਉਂਕਿ ਗਜ਼ਲ ਦਾ ਹਰ ਸ਼ੇਰ ਹਰ ਲਾਈਨ ਮਿਸਰਾ ਜੀ ਨੂੰ ਕਿਹਾ ਜਾਂਦਾ, ਉਹ ਆਪਣੇ ਆਪ ਦੇ ਵਿੱਚ ਪੂਰ ਸੰਗੀਤਬੱਧ ਹੁੰਦਾ ਹੈ। ਤੋ ਇਹਦੇ ਇਹਦੀ ਗਜ਼ਲ ਜਨਮ ਵਿੱਚ ਹੀ ਸੰਗੀਤ ਨਾਲ ਪ੍ਰਤੀਬੱਧਤਾ ਲੈ ਕੇ ਪੈਦਾ ਹੁੰਦੀ ਹੈ, ਅਤੇ ਇਸ ਕਰਕੇ ਇੱਕ ਜਿਹੜਾ ਪ੍ਰਬੁੱਧ ਗਾਇਕ ਹੈ ਜੀ ਜੀ, ਗੁਲਾਮ ਅਲੀ ਸਾਹਿਬ ਨੇ, ਮਹਿੰਦੀ ਹਸਨ ਸਾਹਿਬ ਨੇ, ਜਗਜੀਤ ਚਿਤਰਾ ਨੇ, ਇਹ ਇਹ ਲੋਕਾਂ ਨੇ ਗਜ਼ਲ ਗਾਇਨ ਵਿੱਚ ਇਸ ਕਰਕੇ ਹੀ ਜ਼ਿਆਦਾ ਕੀਤਾ ਗਿਆ ਕਿ ਕਿਉਂਕਿ ਇਹ ਇਹ ਲੋਕ ਗਜ਼ਲ ਦੀ ਅਹਿਮੀਅਤ ਨੂੰ ਸਮਝਦੇ ਸੀ ਔਰ ਆਪਣੇ ਉਸਤਾਦੀ ਨੂੰ ਪ੍ਰਦਰਸ਼ਿਤ ਕਰਨ ਵਾਸਤੇ ਉਹਨਾਂ ਵਾਸਤੇ ਗਜ਼ਲ ਤੋਂ ਉੱਤੇ ਕੋਈ ਹੋਰ ਕੋਈ ਜਿਹੜਾ ਮਾਧਿਅਮ ਹੈ ਉਹ ਨਹੀਂ ਸੀਗਾ।
ਤੋ ਜਿੰਨੇ ਜਿੰਨੇ ਵੀ ਸਾਡੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ, ਤੁਸੀਂ ਉਹਨਾਂ ਦੇ ਜਿੰਨਾ ਵੀ ਕਲਾਮ ਤੁਸੀਂ ਸੁਣੋਗੇ, ਚਾਹੇ ਉਹ ਕਵਾਲੀ ਦੇ ਰੂਪ ਵਿੱਚ ਹੈ, ਪਰ ਜ਼ਿਆਦਾਤਰ ਉਹ ਗਜ਼ਲਾਂ ਦੇ ਸ਼ੇਰ ਜਾਂ ਗਜ਼ਲਾਂ ਦੇ ਮਤਲੇ ਜਾਂ ਮਕਤੇ ਜਾਂ ਤਿੰਨ ਚਾਰ ਸ਼ੇਰ ਇਕੱਠੇ ਇਸ ਤਰ੍ਹਾਂ ਉਹ ਸ਼ਾਮਿਲ ਕਰਦੇ ਨੇ ਜੀ। ਤੋ ਸੰਗੀਤ ਦੇ ਲਿਹਾਜ਼ ਨਾਲ ਗਜ਼ਲ ਗੀਤ ਤੋਂ ਬਾਅਦ, ਅੱਛਾ, ਕਿਉਂਕਿ ਗੀਤ ਤਾਂ ਸਾਡਾ ਇੱਕ ਰੂਹਾਨੀ ਉਨਮਾਦ ਵਿੱਚੋਂ ਨਿਕਲਦਾ ਨਾ ਜੀ, ਜਿਹੜਾ ਸਾਡਾ ਲੋਕ ਗੀਤ ਹੈ, ਲੋਕ ਗੀਤ ਬਿਲਕੁਲ। ਤਾਂ ਉਹ ਉਹ ਕਿਉਂਕਿ ਪ੍ਰਕਿਰਤਕ ਰੂਪ ਵਿੱਚ ਉਤਰ ਰਹੀ ਹੈ ਤਾਂ ਇਸ ਕਰਕੇ ਉਹ ਸੰਗੀਤਬੱਧ ਹੈ ਜੀ। ਜਿੰਨੇ ਵੀ ਸਾਡੇ ਲੋਕ ਗੀਤ ਹੈ ਉਹ ਸਾਡੀਆਂ ਦਾਦੀਆਂ ਪੜਦਾਦੀਆਂ ਨੂੰ ਕਿਸੇ ਉਹਨਾਂ ਨੇ ਸਕੂਲ ਕਾਲਜ ਚੋਂ ਜਾ ਕੇ ਉਹਨਾਂ ਨੇ ਸੰਗੀਤ ਨਹੀਂ ਸਿੱਖਿਆ, ਨਹੀਂ ਸਿੱਖਿਆ, ਪਰ ਉਹਨਾਂ ਦੇ ਜਿਹੜੇ ਗੀਤ ਨੇ, ਉਹ ਮਾਈਏ, ਉਹ ਢੋਲੇ, ਉਹ ਸਾਰਾ ਸੰਗੀਤਬੱਧ ਹੈ। ਇਸ ਤਰ੍ਹਾਂ ਗਜ਼ਲ ਹੈ ਜੀ। ਤੋ ਗਜ਼ਲ ਹੀ ਹੈ ਜੋ ਇੱਕ ਸੰਗੀਤ ਨੂੰ ਉਛਾਲ ਦੇ ਰਹੀ ਹੈ, ਸੰਗੀਤ ਵਾਸਤੇ ਇੱਕ ਖੁੱਲ੍ਹਾ ਡੁੱਲਾ ਮਾਹੌਲ ਦੇ ਰਹੀ ਹੈ, ਉੱਥੇ ਜੂਝਣਾ ਨਹੀਂ ਪੈਂਦਾ ਜੀ ਜੀ। ਜਦੋਂ ਕਿ ਦੂਜੇ ਪਾਸੇ ਜਿਹੜੀ ਅੱਜ ਦੀ ਗੀਤਕਾਰੀ ਹੈ ਜਾਂ ਅੱਜ ਦੇ ਹੋਰ ਤੂਤਕ ਤੂਤਕ ਤੂਤੀਆਂ ਵਰਗੇ ਗੀਤ ਨੇ ਜਾਂ ਇਸ ਤਰ੍ਹਾਂ ਦਾ ਜੋ ਮਸਾਲਾ ਹੈ ਉਹ ਉਹਦੇ ਵਿੱਚ ਢੋਲ ਢਮੱਕਾ ਹੈ, ਢੋਲ ਢਮੱਕਾ ਸੰਗੀਤ ਗਾਇਬ ਹੈ, ਢੋਲ ਵੀ ਨਹੀਂ ਹੈ, ਢਮੱਕਾ ਹੈ। ਅਤੇ ਉਹ ਫਾਰ ਦਾ ਟਾਈਮ ਬੀਂਗ ਵਕਤੀ ਤੌਰ ਉੱਤੇ ਸਰੋਤੇ ਨੂੰ ਹੁਲਾਰਾ ਦਿੰਦਾ ਜੀ, ਔਰ ਪਰ ਉਹ ਚਿਰਜੀਵੀ ਨਹੀਂ ਹੈ, ਚਿਰਜੀਵੀ ਨਹੀਂ, ਉਸਦੀ ਉਨੀ ਲੰਬੀ ਉਮਰ ਨਹੀਂ ਹੈ ਜੀ। ਅਤੇ ਦੂਜੇ ਪਾਸੇ ਜਿਹੜੀ ਸਾਡੇ ਗਜ਼ਲ ਦੇ ਸ਼ੇਰ ਹੈ ਉਹ ਸਦੀਵੀ ਜਾਂਦੇ ਨੇ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੋਈ ਜੋ ਸ਼ੇਰ ਕਹਿ ਰਿਹਾ ਹੈ ਗੱਲਬਾਤ ਵਿੱਚ ਜਿਸ ਦਾ ਜ਼ਿਕਰ ਕਰ ਰਿਹਾ ਹੈ ਵੀ ਇਹ ਕਿਸਦਾ ਲਿਖਿਆ ਹੋਇਆ ਹੈ, ਉਹ ਆਮ ਮੁਹਾਵਰੇ ਵਾਂਗੂ ਜਿਹੜੇ ਨੇ ਉਹ ਪ੍ਰਯੋਗ ਕੀਤੇ ਜਾਂਦੇ ਨੇ ਜੀ ਜੀ। ਗੱਲ ਅਸੀਂ ਲਗਾਤਾਰ ਕਰ ਰਹੇ ਹਾਂ ਅਤੇ ਇੱਕ ਗਜ਼ਲ ਜੇ ਦਰਸ਼ਕਾਂ ਲਈ ਤੁਸੀਂ ਪੜ੍ਹਨਾ ਚਾਹੋ ਜੀ 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 ਜੀ। ਗਜ਼ਲ ਦੀ ਕਿ ਖੂਬਸੂਰਤੀ ਹੈ ਕਿ ਤੁਸੀਂ ਕਾਫੀਆ ਅਤੇ ਰਦੀਫ ਕਿਸ ਤਰ੍ਹਾਂ ਨਿਭਾਉਂਦੇ ਹੋ ਜੀ ਜੀ। ਸਿਰਫ ਉਸ ਪ੍ਰਯੋਗ ਵਾਸਤੇ ਮੈਂ ਇੱਕ ਰਦੀਫ ਲਿਆ, ਗਜ਼ਲਾਂ ਜਿਹੀਆਂ ਕੁੜੀਆਂ। ਅੱਛਾ, ਇਹ ਮੰਚ ਦੇ ਉੱਤੇ ਵੀ ਇਹ ਬਹੁਤ ਸੁਣਿਆ ਗਿਆ ਔਰ ਇਹ ਮੈਗਜ਼ੀਨਸ ਵਿੱਚ, ਅਖਬਾਰਾਂ, ਰਸਾਲਿਆਂ ਵਿੱਚ ਵੀ ਜੀ ਜਦੋਂ ਮੈਂ ਇਹ ਗਜ਼ਲ ਕਹੀ ਸੀ ਇਹ ਬੜੀ ਮਸ਼ਹੂਰ ਹੋਈ ਜੀ ਔਰ ਬਹੁਤ ਲੋਕਾਂ ਦੇ ਜ਼ਬਾਨ 'ਤੇ ਵੀ ਰਹੀ ਮੇਰੇ ਸਮਕਾਲੀਆਂ ਦੇ। ਮੈਂ ਤੁਹਾਨੂੰ ਉਹ ਸ਼ੇਰ ਸੁਣਾਉਣਾ ਜੀ, ਥੋੜ੍ਹੇ ਥੋੜ੍ਹੇ ਸ਼ਬਦ ਅਸੀਂ ਸੁਣਾਂਗੇ, ਸਮੇਂ ਦਾ ਇਸ਼ਾਰਾ ਵੀ ਕੁਛ ਇਸ ਤਰ੍ਹਾਂ ਜੀ ਜੀ ਜੀ। ਮਤਲਬ ਹੈ ਕਿ ਸ਼ਾਮ ਸਵੇਰੇ ਜਦ ਵੀ ਆਵਣ ਗਜ਼ਲਾਂ ਜਿਹੀਆਂ ਕੁੜੀਆਂ, ਵਾਹ, ਸ਼ਾਮ ਸਵੇਰੇ ਜਦ ਵੀ ਆਵਣ ਗਜ਼ਲਾਂ ਜਿਹੀਆਂ ਕੁੜੀਆਂ, ਮੈਨੂੰ ਆਪਣੇ ਸ਼ੇਰ ਵਿਖਾਵਣ ਗਜ਼ਲਾਂ ਜਿਹੀਆਂ ਕੁੜੀਆਂ। ਕੀ ਬਾਤ, ਕਿ ਸ਼ਾਇਰ ਆਸ਼ਿਕ ਜਾਂ ਫਿਰ ਪਾਗਲ ਜੀ, ਸ਼ਾਇਰ ਆਸ਼ਿਕ ਜਾਂ ਫਿਰ ਪਾਗਲ, ਸ਼ਹਿਰ ਤੇਰੇ ਦੇ ਵਾਸੀ,
ਸ਼ਾਇਰ ਆਸ਼ਿਕ ਜਾਂ ਫਿਰ ਪਾਗਲ ਸ਼ਹਿਰ ਤੇਰੇ ਦੇ ਵਾਸੀ ਕਿਉਂਕਿ ਇੱਥੇ ਗਜ਼ਲਾਂ ਗਾਵਣ ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ। ਤੁਸੀਂ ਗਜ਼ਲ ਬਾਰੇ ਬਹੁਤ ਕੁਛ ਸਮਝਾਇਆ, ਬਹੁਤ ਖੂਬਸੂਰਤ ਗਜ਼ਲਾਂ ਤੁਸੀਂ ਪੜ੍ਹੀਆਂ, ਸਟੂਡੀਓ ਦੇ ਵਿੱਚ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤੁਸੀਂ ਨਵਾਜ਼ਿਆ ਮੈਨੂੰ, ਔਰ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਇੰਨੀ ਮੁਹੱਬਤ ਨਾਲ ਸਾਨੂੰ ਸੁਣਿਆ।